ਸਮਾਜ ਵਿੱਚ ਸਮਾਜਿਕ ਰਿਸ਼ਤਿਆਂ ਵਿੱਚ ਲਗਾਤਾਰ ਨਿਗਰਤਾ ਆਉਂਦੀ ਵੱਧਦੀ ਜਾ ਰਹੀ ਹੈ ਅਤੇ ਲੋਕ ਆਪਣੇ ਨਿੱਜ ਹਿੱਤ ਦੀ ਖਾਤਰ ਆਪਣੇ ਰਿਸ਼ਤਿਆਂ ਦੀ ਪਰਵਾਹ ਕੀਤੇ ਬਿਨਾਂ ਕਤਲ ਕਰਨ ਤੱਕ ਵੀ ਪਹੁੰਚ ਜਾਂਦੇ ਹਨ। ਲੋਕ ਸਭਾ ਹਲਕਾ ਫਿਰੋਜ਼ਪੁਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਠੱਠਾ ਦਲੇਲ ਸਿੰਘ ਵਾਲਾ ਦੀ ਇੱਕ ਔਰਤ ਨੂੰ ਉਸ ਦੀ ਨੂੰਹ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕੀਤੇ ਜਾਣ ਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਗੁਲਥੀ ਸੁਲਝਾਈ ਗਈ ਹੈ। ਮਾਮਲਾ ਇਸ ਤਰ੍ਹਾਂ ਹੈ, ਬੀਤੇ ਦਿਨੀ ਪਿੰਡ ਠੱਠਾ ਦਲੇਰ ਸਿੰਘ ਦੀ ਵਾਸੀ ਅੰਗਰੇਜ਼ ਕੌਰ ਪਤਨੀ ਬਲਵਿੰਦਰ ਸਿੰਘ ਘਰੋਂ ਜਾਣ ਤੋਂ ਬਾਅਦ ਵਾਪਸ ਨਹੀਂ ਪਰਤੀ ਸੀ ਅਤੇ ਉਸਦੇ ਲੜਕੇ ਸੁਖਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਰਪਟ ਦਰਜ ਕਰ ਲਈ ਗਈ ਸੀ ਅਤੇ ਪੁਲਿਸ ਵੱਲੋਂ ਗੁੰਮਸ਼ੁਦਗੀ ਦਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਸੀ। ਇਹ ਸਭ ਕਰਨ ਲਈ ਪੁਲਿਸ ਨੇ ਇਸ ਦੀ ਤਹਿਕੀਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮੁਕੱਦਮੇ ਨਾਲ ਸੰਬੰਧਿਤ ਫੋਨ ਕਾਲ, ਡਿਟੇਲ ਡੰਪ, ਖੁਫੀਆ ਸੋਰਸ, ਮੁਖਬਰਾਂ ਦੀ ਇਤਲਾਹ ਅਤੇ CCTV ਫੁਟੇਜ ਦੇ ਆਧਾਰ 'ਤੇ ਬੀਤੀ 5 ਮਾਰਚ ਨੂੰ ਦੋਸ਼ੀਆਂ ਰਾਜਵਿੰਦਰ ਸਿੰਘ ਅਤੇ ਗੁਰੂ ਰਾਜਨ ਸਿੰਘ ਬਹਾਦਰ ਸਿੰਘ ਥਾਣਾ 5 ਧੂਰ ਜ਼ਿਲ੍ਹਾ ਮੋਗਾ ਅਤੇ ਸਰਬਜੀਤ ਕੌਰ ਜੋ ਕਿ ਮ੍ਰਿਤਕ ਦੀ ਨੂੰਹ ਹੈ ਉਸਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਅਤੇ ਥਾਣਾ ਜੀਰਾ ਸਿਟੀ ਦੇ SHO ਮੋਹਿਤ ਧਵਨ ਨੇ ਦੱਸਿਆ ਕਿ ਬੀਤੀ ਦਿਨੀ ਮ੍ਰਿਤਕ ਅੰਗਰੇਜ਼ ਕੌਰ ਦੀ ਲਾਸ਼ ਟਾਇਲ ਫੈਕਟਰੀ ਪਿੰਡ ਕੋਠੇ ਗਾਦੜੀ ਵਾਲਾ ਰੋਡ ਤੋਂ ਮਿਲੀ ਸੀ ਅਤੇ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਗੁੱਥੀ ਸੁਲਝਾਉਣ ਲਈ ਇੱਕ ਟੀਮ ਬਣਾ ਦਿੱਤੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਤਲ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਕਤਲ ਕਰਨ ਵਾਲੇ ਦੋਸ਼ੀਆਂ ਤੋਂ ਇੱਕ ਕਾਰ, ਇੰਡੀਕੋ ਰੰਗ ਚਿੱਟਾ, ਮ੍ਰਿਤਕ ਦੀ ਸੋਨੇ ਦੀ ਵਾਲੀ, ਕਾਂਟੇ, ਲੋਕਟ ਸਮੇਤ ਚੇਨ ਅਤੇ ਮੋਬਾਈਲ ਬਰਾਮਦ ਕੀਤੇ ਗਏ ਹਨ। ਮ੍ਰਿਤਕ ਅੰਗਰੇਜ਼ ਕੌਰ ਦੋਸ਼ੀ ਰਜਵਿੰਦਰ ਸਿੰਘ ਦੀ ਮਾਸੀ ਹੈ ਅਤੇ ਦੋਸ਼ਣ ਸਰਬਜੀਤ ਕੌਰ ਮ੍ਰਿਤਕ ਦੀ ਨੂੰਹ ਹੈ। ਪੁਲਿਸ ਨੇ ਦੱਸਿਆ ਕਿ ਇਸ ਕਤਲ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਅੰਗਰੇਜ਼ ਕੌਰ ਆਪਣੀ ਨੂੰਹ ਸਰਬਜੀਤ ਕੌਰ ਨੂੰ ਰਾਜਵਿੰਦਰ ਸਿੰਘ ਨਾਲ ਬਣਾਏ ਨਾਜਾਇਜ਼ ਸੰਬੰਧਾਂ ਤੋਂ ਰੋਕਦੀ ਸੀ, ਜਿਸ ਕਾਰਨ ਉਹਨਾਂ ਦੇ ਰਾਹ ਵਿੱਚ ਰੋੜਾ ਬਣੀ। ਅੰਗਰੇਜ਼ ਕੌਰ ਨੂੰ ਅਗਵਾ ਕਰਕੇ ਅਤੇ ਉਸਦਾ ਗਲਾ ਘੁੱਟ ਕੇ ਇਹਨਾਂ ਦੋਸ਼ੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਭਾਵੇਂ ਕਿ ਹੁਣ ਪ੍ਰੇਮੀ ਪ੍ਰੇਮਿਕਾ ਆਪਣੇ ਸੰਬੰਧਾਂ ਨੂੰ ਕਾਇਮ ਰੱਖਣ ਲਈ ਆਪਣੇ ਰਾਹ ਦੇ ਰੋੜੇ ਨੂੰ ਹਟਾਉਣ ਵਿੱਚ ਕਾਮਯਾਬ ਹੋ ਗਏ, ਪਰੰਤੂ ਪੂਰੀ ਜ਼ਿੰਦਗੀ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੱਟਣਾ ਉਹਨਾਂ ਦੀ ਪ੍ਰੇਮ ਕਹਾਣੀ ਬਣ ਜਾਵੇਗੀ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਥਾਣਾ ਸਿਟੀ ਜੀਰਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ 5 ਤਾਰੀਖ ਨੂੰ, ਜਦ ਉਹ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਈ। ਇਹ ਮੈਟਰ ਇਹ ਸੀ ਕਿ 18 ਫਰਵਰੀ ਨੂੰ ਅੰਗਰੇਜ਼ ਕੌਰ ਆਪਣੇ ਘਰੋਂ ਆਪਣੇ ਕੁੜੀ ਦੇ ਸਹੁਰੇ ਘਰ ਜਾ ਰਹੀ ਸੀ, ਲੇਕਿਨ ਰਾਸਤੇ ਮੇਂ ਸੰਤੂ ਵਾਲਾ ਪਿੰਡ ਮੇਂ ਉਸਨੇ ਲਾਸਟ ਕੁੜੀ ਸੇ ਬਾਤ ਕੀ, ਉਸਦੇ ਬਾਅਦ ਮੇਂ ਉਸਕਾ ਫੋਨ ਬੰਦ ਹੋ ਜਾਂਦਾ ਹੈ। ਸ਼ਾਮ ਨੂੰ ਉਸਕੇ ਪਤੀ ਨੇ ਬਹਾਲ ਕੀਤੀ ਕਿ ਉਹ ਕੁੜੀ ਨਾਲ ਪਹੁੰਚੀ ਨਹੀਂ ਪਹੁੰਚੀ, ਲੇਕਿਨ ਪਤਾ ਲੱਗਿਆ ਕਿ ਉਹ ਉੱਥੇ ਨਹੀਂ ਪਹੁੰਚੀ। ਉਹਦੇ ਬਾਅਦ ਉਸਕਾ ਜੋ ਪਤੀ ਬਲਵਿੰਦਰ ਸੀ ਉਸਨੇ ਥਾਣੇ ਮੇਂ ਗੁੰਮਸ਼ੁਦਗੀ ਕੀ ਰਿਪੋਰਟ ਦਰਜ ਕਰਵਾਈ। ਉਸਕੇ ਬਿਹਾਰ ਪੇ ਅਸੀਂ ਇਸ਼ਤਿਹਾਰ ਵੀ ਜਾਰੀ ਕੀਤਾ ਉਸਕਾ, ਔਰ ਪੂਰੀ ਵੈਰੀਫਾਈ ਕਰਨ ਮੇਂ ਲੱਗੇ ਕਿ ਬਹਾਲ ਕੀਤੀ ਜਾਏ ਉਸਕੀ। ਲੇਕਿਨ ਬੀਚ ਮੇਂ 25 ਫਰਵਰੀ ਨੂੰ ਇੱਕ ਕਾਲ ਆਈ ਜਗਤਾਰ ਸਿੰਘ ਵੱਲੋਂ, ਉਸਨੇ ਦੱਸਿਆ ਕਿ ਇੱਕ ਲਾਸ਼ ਪੜੀ ਹੈਗੀ ਇੱਥੇ, ਤਾਂ ਉੱਥੇ ਸਾਡੀ ਪੁਲਿਸ ਮੌਕੇ 'ਤੇ ਪਹੁੰਚੀ ਔਰ ਉਸਕੇ ਬਾਅਦ ਮੈਂ FIR ਦਰਜ ਕੀਤੀ। ਅਸੀਂ ਧਾਰਾ 302 34 IPC 364 404 120 ਤਹਿਤ, ਉਹਦੇ ਬਾਅਦ ਪੁਲਿਸ ਨੇ ਵੱਖ ਵੱਖ ਟੀਮ ਬਣਾ ਕੇ ਔਰ ਪੂਰੀ ਇੱਕ ਹਫ਼ਤੇ ਕੀ ਮਿਹਨਤ ਨਾਲ ਪੂਰੀ ਕਾਲ ਡਿਟੇਲ ਨਿਕਾਲ ਕੇ, ਡੰਪ ਚੁਕਵਾ ਕੇ, CCTV ਫੁਟੇਜ ਕੇ ਆਧਾਰ 'ਤੇ ਪੂਰਾ ਰੂਟ ਟਰੇਸ ਕਰਕੇ ਔਰ ਖੁਫੀਆ ਸੋਰਸ ਲਗਾ ਕੇ 5 ਤਾਰੀਖ ਨੂੰ ਇਹਦੇ ਵਿੱਚ 3 ਦੋਸ਼ੀਆਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ। ਤਿੰਨੋਂ ਦੋਸ਼ੀ ਹੈਗੇ ਰਾਜਵਿੰਦਰ ਸਿੰਘ ਹੈਗਾ, ਗੁਰੂ ਰਾਜਨ ਸਿੰਘ ਹੈ ਔਰ ਸਰਬਜੀਤ ਕੌਰ। ਇਸਮੇ ਬਾਅਦ ਮੈਂ ਪੁੱਛਗਿੱਛ ਮੈਂ ਜੋ ਵਜੇ ਰੰਜਿਤ ਸਾਹਮਣੇ ਆਈ ਇਹ ਹੈ ਕਿ ਜੋ ਰਾਜਵਿੰਦਰ ਸਿੰਘ ਹੈ ਉਹ ਮ੍ਰਿਤਕ ਉਸਕੀ ਮਾਮੀ ਹੈ, ਮਾਸੀ ਹੈਗੀ, ਔਰ ਸਰਬਜੀਤ ਕੌਰ ਮ੍ਰਿਤਕ ਦੀ ਨੂੰਹ ਹੈਗੀ। ਰਾਜਵਿੰਦਰ ਔਰ ਸਰਬਜੀਤ ਕੌਰ ਕੇ ਆਪਸ ਮੇਂ ਪ੍ਰੇਮ ਸੰਬੰਧ ਸੀ, ਮ੍ਰਿਤਕ ਇਹਨਾਂ ਨੂੰ ਆਪਸ ਮੇਂ ਜੇ ਪ੍ਰੇਮ ਸੰਬੰਧ ਦੇਖ ਲਈਏ ਤਾਂ ਉਹ ਟੋਕਦੀ ਸੀ ਕਿ ਤੁਸੀਂ ਇੱਦਾਂ ਮਤ ਕਰੋ। ਸਿਰਫ ਇਸ ਬਾਤ ਕੋ ਲੈ ਕੇ ਇਹਨਾਂ ਨੇ ਪਲਾਨਿੰਗ ਕਰੀ ਔਰ ਜਦੋਂ ਇਹ ਆਪਣੀ ਕੁੜੀ ਕੇ ਸਹੁਰੇ ਘਰ ਜਾ ਰਹੀ ਸੀ ਤਾਂ ਰਾਸਤੇ ਮੇਂ ਇਸਕੋ ਅਗਵਾ ਕਰਕੇ ਔਰ ਇਸਨੇ ਮਰਡਰ ਕਰਤੇ ਸਰ। ਇਹਨੋਨੇ 18 ਤਾਰੀਖ ਨੂੰ ਮਰਡਰ ਕਰਕੇ ਜੋ ਲਾਸ਼ ਸੀ ਉਹ ਬੋਗੇ ਵਾਲਾ ਜ਼ਿਲ੍ਹਾ ਮੋਗਾ ਸਰਕੰਡੀਆ ਵਿੱਚ ਛੁਪਾ ਦਿੱਤੀ ਸੀ। ਜਦ ਇਹ ਸੋਚੇ ਕਿ 7 ਦਿਨਾਂ ਬਾਅਦ ਮੈਂ CCTV ਫੁਟੇਜ ਵਗੈਰਾ ਸਾਰਾ ਐਵੀਡੈਂਸ ਰਜਿਸਟਰ ਹੋ ਜਾਏ, ਉਹਦੇ ਬਾਅਦ ਇਹਨਾਂ ਦੀ ਪਲਾਨਿੰਗ ਸੀ ਕਿ ਉਸਕੋ ਔਰ ਕਹੀਂ ਸ਼ਿਫਟ ਕਰੇਗੀ। ਤਾਂ ਇਹ 24-25 ਕੀ ਦਰਮਿਆਨੀ ਰਾਤ ਨੂੰ ਇਸ ਲਾਸ਼ ਨੂੰ ਉੱਥੋਂ ਸੇ ਲੈ ਕੇ ਔਰ ਕੋਠੀ ਗਾਦੜੀ ਵਾਲਾ ਰੋਡ ਪਰ ਰੋਡ ਕੀ ਸਾਈਡ ਮੇਂ ਔਰ ਫੈਂਕ ਕੇ ਚਲੇ ਗਏ ਸੀ। ਸਰ ਹੋਰ ਕੀ ਗੱਡੀ ਇਹ ਬਰਾਮਦ ਵੀ ਦੇਖੋ, ਇਹ ਕਾਰ ਇੰਡੀਗੋ ਹੈਗੀ ਜੋ ਵਾਰਦਾਤ ਕੇ ਸਮੇਂ ਯੂਜ ਕੀਤੀ ਗਈ ਸੀ ਔਰ ਜੋ ਮ੍ਰਿਤਕ ਦੀ ਸੋਨੇ ਦੀ ਬਾਲੀਆਂ ਵੀ ਮਿਲ ਗਈ ਹੈ, ਇੱਕ ਬੂਟ ਮਿਲਾ ਹੈ ਸਾਨੂੰ, ਇੱਕ ਚੈਨ ਲੋਕੇਟ ਮਿਲਾ, ਇੱਕ ਕਾਂਟਾ ਮਿਲਾ ਔਰ ਇੱਕ ਮੋਬਾਈਲ ਮਿਲਾ, ਮਤਲਬ ਸਾਰਾ ਐਵੀਡੈਂਸ ਅਸੀਂ ਰਿਕਵਰ ਕਰ ਲਿਆ ਇਸਮੇਂ ਜੋ ਜੋ ਵੀ ਯੂਜ ਹੋਇਆ ਹੈ।
दोषी गिरफ्तार है। बस ठीक है।